ਇਸ ਯੁੱਧ ਦੇ ਵਿਚਕਾਰ ਰੂਸ ਨੂੰ ਇੱਕ ਵੱਡਾ ਝਟਕਾ ਹੋਰ ਲੱਗਿਆ ਸਟਾਰਬਕਸ ਕੋਕਾ ਕੋਲਾ ਪੈਪਸੀ ਕੋ ਅਤੇ ਜਨਰਲ ਇਲੈਕਟ੍ਰਿਕ ਜਿਹੇ ਕਈ ਗਲੋਬਲ ਬ੍ਰਾਂਡ ਨੇ ਐਲਾਨ ਕੀਤਾ ਹੈ ਕਿ ਯੂਕਰੇਨ ਉਤੇ ਆక్రమణ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਵਪਾਰ ਨੂੰ ਅਸਥਾਈ ਰੂਪ ਤੋਂ ਮੁਲਤਵੀ ਕਰ ਰਹੇ ਨੇ ਸਟਾਰਬਕਸ ਨੇ ਐਲਾਨ ਕੀਤਾ ਹੈ ਕਿ ਉਹ 130 ਰੂਸੀ ਸਟੋਰ ਤੋਂ ਹੋਣ ਵਾਲੇ ਲਾਭ ਨੂੰ ਯੂਕਰੇਨ ਵਿੱਚ ਮਨੁੱਖੀ ਰਾਹਤ ਕੋਸ਼ਿਸ਼ਾਂ ਦੇ ਲਈ ਦਾਨ ਕਰ ਰਹੇ ਨੇ ਤੇ ਉਦੋਂ ਕੋਕਾ ਕੋਲਾ ਨੇ ਵੀ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ